ਜੀ ਪੇਂਡੂ ਲਾਈਫ ਟਿਮਾ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ। ਹੋਰ ਸੁਣਾਓ ਜੀ ਸਾਰੇ ਕਿਵੇਂ? ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਣਗੇ, ਅਸੀਂ ਵੀ ਠੀਕ ਹਾਂ। ਅਤੇ ਲਓ ਜੀ ਸ਼ਾਮ ਦਾ ਟਾਈਮ ਹੈ ਇਹ, ਹੈ ਨਾ, ਅਤੇ ਮੈਂ ਲੱਗੀ ਸੀ ਬਾਜਰਾ ਛਾਂਡਣ, ਬਾਜਰੇ ਦਾ ਪੀਣਾ ਕਰਨ ਲੱਗੀ ਸੀ। ਮੈਂ ਕਿਹਾ ਚੱਲ ਬਾਜਰਾ ਦਿੱਤਾ ਸੀ ਮੇਰੀ ਮਾਮੀ ਜੀ ਨੇ, ਹੈ ਨਾ, ਇਹਦਾ ਪਿਸਵਾ ਲੈਂਦੇ ਆਟਾ, ਅਤੇ ਇਹਦੀ ਰੋਟੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਬਾਜਰੇ ਦੀ। ਅਤੇ ਕਿਉਂਕਿ ਬਾਜਰਾ ਹੁੰਦਾ ਖੁਸ਼ਕ, ਅਤੇ ਇਹਨੂੰ ਮਤਲਬ ਕਿ ਵੱਧ ਘਿਓ ਦੀ ਵੱਧ ਘਿਓ ਨਾਲ ਹੀ ਟੇਸਟੀ ਲੱਗਦੀ ਹੈ, ਦੇਸੀ ਘਿਓ ਨਾਲ। ਮੱਖਣੀ ਹੋਵੇ ਜਾਂ ਘਿਓ ਹੋਵੇ, ਚਟਨੀ ਹੋਵੇ ਨਾਲ ਹੋਵੇ, ਲੱਸੀ, ਫਿਰ ਸਵਾਦ ਲੱਗਦੀ ਹੈ ਰੋਟੀ। ਅਤੇ ਹੈ ਤਾਂ ਕੁਛ ਵੀ ਨਹੀਂ ਬਸ ਬਾਜਰੇ ਦੇ ਵਿੱਚ, ਜੋ ਇਹਦੇ ਡੱਕੇ ਜਿਹੇ ਨੇ, ਆਹ ਇਹ ਡੱਕੇ ਜਿਹੇ ਮਹਾਂ ਸਾਰੇ ਚੁਗ ਦਿੰਦੇ ਹਾਂ ਆਪਾਂ, ਛੱਡ ਦਿੰਦੇ ਹਾਂ। ਛੱਜ ਹੈ ਨਹੀਂ ਸੀ, ਨਹੀਂ ਤਾਂ ਛੱਜ ਨਾਲ ਛੱਡਣਾ ਸੀ, ਅਤੇ ਮੈਂ ਕਿਹਾ ਚੱਲ ਥਾਰ ਨਾਲ ਕਰ ਦਿੰਦੇ ਹਾਂ, ਹੈ ਨਾ। ਅਤੇ ਸਬਜ਼ੀ ਵਗੈਰਾ ਲੈ ਕੇ ਆਈ ਹਾਂ ਹੁਣੇ, ਅਤੇ ਲਓ ਜੀ ਬਾਜਰਾ ਛੰਡ ਕੇ ਫਿਰ ਆਪਾਂ ਧਰਾਂਗੇ ਸਬਜ਼ੀ ਚੁੱਲ੍ਹੇ 'ਤੇ, ਅਤੇ ਫਿਰ ਗੱਲ ਕਰਾਂਗੇ ਤੁਹਾਡੇ ਨਾਲ। ਅਤੇ ਲਓ ਜੀ ਆਪਾਂ ਬਾਜਰੇ ਦਾ ਪੀਣਾ ਕਰ ਦਿੱਤਾ ਸੀ, ਅਤੇ ਹੁਣ ਮੈਂ ਲੱਗ ਗਈ ਹਾਂ ਸਬਜ਼ੀ ਚੀਰਨ। ਪਹਿਲਾਂ ਮੇਰੀ ਸਲਾਹ ਸੀ ਵੀ ਕੁੱਕਰ ਦੇ ਵਿੱਚ ਬਣਾਵਾਂ ਸਬਜ਼ੀ, ਹੈ ਨਾ, ਫਿਰ ਮੈਂ ਕਿਹਾ ਚੱਲ ਵੀ ਇਹਦੇ ਵਿੱਚ ਪਤੀਲੇ 'ਚ ਹੀ ਧਰਦਾ ਨਹੀਂ ਆ, ਹੈ ਨਾ, ਚੁੱਲ੍ਹੇ 'ਤੇ, ਅਤੇ ਨਾਲ ਮੰਗ ਅੱਗੇ ਮੰਗ ਰੋਟੀ ਵੱਟ ਜੂਗੀ ਅਤੇ ਸਵਾਦ ਹੋਣਗੀ ਸਬਜ਼ੀ। ਲਓ ਜੀ ਸਬਜ਼ੀ ਕੱਟਾਂਗੇ, ਕੱਟਦੇ ਹਾਂ, ਫਿਰ ਤੜਕਾ ਲਗਾਵਾਂਗੇ, ਅਤੇ ਫਿਰ ਰੋਟੀ ਵਗੈਰਾ ਬਣਾਵਾਂਗੇ। ਜੀ ਆਪਾਂ ਕੱਟ ਲਏ ਸੀ, ਹੁਣ ਲਗਾਉਂਦੇ ਆਪਾਂ ਤੜਕਾ ਚੁੱਲ੍ਹੇ 'ਤੇ। ਮਨਿੰਦਰ ਨੂੰ ਕਿਹਾ ਸੀ, ਹੈ ਨਾ, ਇਹ ਵੀ ਉਹ ਕਰਦੇ ਵੀਡੀਓ ਬਣਾ ਦੇ ਆ ਕੇ, ਉਹ ਪਤਾ ਨਹੀਂ ਕੀ ਕਰੀ ਜਾਂਦਾ ਅੰਦਰ ਫੋਨ 'ਤੇ। ਪਹਿਲਾਂ ਤਾਂ ਇਹ ਲੜ ਕੇ ਹਟੇ ਨੇ ਦੋਵੇਂ ਜਣੇ ਬਹੁਤ ਜ਼ਿਆਦਾ। ਤੇ ਸਬਜ਼ੀ ਆਪਣੀ ਬਣ ਚੁੱਕੀ ਸੀ, ਇਸ ਤੋਂ ਬਾਅਦ ਲੱਗ ਗਈ ਸੀ ਵੀ ਮੈਂ ਰੋਟੀ ਬਣਾਉਣ, ਹੈ ਨਾ। ਚੁੱਲ੍ਹੇ ਦੀ ਰੋਟੀ ਦਾ ਸਵਾਦ ਹੀ ਵੱਖਰਾ ਹੁੰਦਾ, ਮੈਂ ਬੱਚਿਆਂ ਨੂੰ ਕਿਹਾ ਵੀ ਗਰਮ ਗਰਮ ਰੋਟੀ ਖਾ ਲਓ, ਹੈ ਨਾ, ਚੁੱਲ੍ਹੇ 'ਤੇ ਰੜੀ ਰੜੀ ਰੋਟੀ ਵਧੀਆ ਲੱਗਦੀ ਹੈ। ਤੇ ਰੋਟੀ ਵਗੈਰਾ ਖਾ ਲਈ ਸੀ, ਤੇ ਸਾਰੇ ਜਣੇ ਬਹਿ ਕੇ ਫਿਰ ਅਸੀਂ ਇੱਥੇ ਬਹਿ ਕੇ ਗੱਲਾਂ ਬਾਤਾਂ ਲੱਗ ਗਏ ਸੀ ਮਾਰਨ। ਪੂਰੀ ਟੇਸਟੀ
ਕਿੱਥੇ ਦੇਖਿਆ ਥੋੜੀ ਲੋਰ ਆ ਲੋਰ ਕਿਤੇ ਅੱਛਾ ਓਏ ਹਟ ਜਾ ਬੱਤ ਉਹ ਲੱਗਦੀ ਹੈ ਬੁੱਕ ਲੱਗਦਾ ਗਰਮੀ ਆਉਂਦੀ ਸੀ ਕੰਬਲ ਚ ਨੜਿਆ ਕਿੱਥੇ ਹੋਇਆ ਬੱਤ ਗਿਆ ਤਾਂ ਕਰਦਾ ਉਮਰ ਕਿੰਨੇ ਰੋਟੀ ਖਾਦੀ ਨੇ 5 ਤੈ ਮੇਰੇ ਐਕਸਰਸਾਈਜ਼ ਕਰ ਲੋ ਆਹਾ ਨੇਰਾ ਜਾ ਕੇ ਐਨੇ ਉੱਪਰ ਸਾਰੀ ਵੱਜ ਜਾਂਦੀ ਹੈ ਨਾ ਸਾਰੀ ਨਾ ਵੱਜ ਜਾਂਦੇ ਹੌਲੀ 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 ਬੋਲਾ ਬੋਲਾ ਉਹੀ ਗੱਲ ਕਰੀ ਐਕਸਰਸਾਈਜ਼ ਕਰਨਾ ਮੋਢੇ ਕੱਢ ਕੇ ਬਾਹਰ ਮੋਢੇ ਕੱਢ ਕੇ ਬਾਹਰ ਰੱਖੇਗਾ ਜ਼ੋਰ ਦੀਆਂ ਕਰਕੇ ਉਹਦੇ ਸਾਰਾ ਅੰਦਰੋਂ ਹਲਿਆ ਤਾ ਉਹ ਕਹਿੰਦਾ ਬਸ ਹੋਰ ਨਾ ਮਾਰੀ ਕਹਿੰਦਾ ਕਿਉਂ ਕਿਰਤਾ ਢਿੱਡ ਚੋਂ ਬਾਹਰ ਆ ਗਈ ਕਹਿੰਦਾ ਨਿਕਲਣ ਦੀ ਬਜਾਏ ਕਹਿੰਦਾ ਤਾਂ ਢਿੱਡ ਚੋਂ ਬਾਹਰ ਨਿਕਲੀ ਕਹਿੰਦਾ ਮੋਰ ਤਾਂ ਹੋਗਾ ਚੱਲ ਚਾਰ ਦਿਨ ਚਲਾਇਆ ਅੱਠ ਕਿਲੋ ਗਾਜਰ ਵਗੈਰਾ ਚਾਰ ਦਿਨ ਚਲਾਇਆ ਹੋਵੇਗਾ ਮੈਂ ਵੀ ਬਹੁਤ ਖਾਂਦਾ ਹੁੰਦਾ ਸੀ ਤਾਈ ਗੱਲ ਕੋ ਕੇ ਰੱਖਿਆ ਦੇ ਮਾ ਕੋਸ ਦਿਨ ਚੱਲ ਜੂਆ ਪਰ ਕਿੱਥੇ ਹੋਰ ਕੱਢਦਾ ਕਿ ਚੱਲ ਕੋਈ ਹੁਣ ਫਿਰ ਕਦੋਂ ਕੱਢਾਂ ਗਰਮੇ ਤੋਂ ਬਾਅਦ ਹੁਣ ਗਜਰ ਪਾਈ ਕੱਢਾਂ ਹੋਰ ਕੱਢਣਾ ਖੋਆ ਕੱਢੋ ਨਾ ਜੀ ਖੋਆ ਕੱਢੋ ਗਜਰ ਪਾ ਕੋਲਾ ਹੋ ਜਾ ਖੋਆ ਕੱਢੋ ਕੱਢਣਾ ਤਾਂ ਕੋਈ ਪੈਂਦਾ ਤਾਂ ਬਾਅਦ ਚ ਖੋਏ ਨੂੰ ਮੋਟਾ ਵੱਧ ਨਹੀਂ ਬਾਬੇ ਠੀਕ ਹੈ ਜੀ ਆਪਾਂ ਗਜਰ ਪਾ ਕੇ ਬਣਾ ਲਾਂਗੇ ਤੇ ਉਹਨੂੰ ਖਵਾ ਲਾਂਗੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਪੂਰੀ ਵਧੀਆ ਲੱਗੀ ਹੋਊਗੀ ਲੈ ਕੇ ਆਵਾਂਗੇ ਇੱਕ ਹੋਰ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ